ਫਿਰ ਚੱਲੀਏ ਆਪਾਂ ਗੁਰਦੁਆਰਾ ਸਾਹਿਬ। ਲਓ ਜੀ, ਅੱਜ ਆਪਾਂ ਕਰਾਂਗੇ ਕੱਦੂਆਂ ਦੀ ਹਾਰਵੈਸਟਿੰਗ। ਕੱਦੂ ਆਪਣੇ ਬੜੇ ਲੱਗੇ ਹੋਏ ਆ ਅਤੇ ਅੱਜ ਆਪਾਂ ਤੁਹਾਨੂੰ ਤੋੜ ਕੇ ਵਿਖਾਉਂਦੇ ਹਾਂ। ਇਹ ਵਿਹੜੇ ਦੇ ਵਿੱਚ ਹੀ ਲੱਗੇ ਹੋਏ ਸਾਡੇ, ਬਾਹਰ ਕਿਆਰੀ ਦੇ ਵਿੱਚ ਨਹੀਂ ਲੱਗੇ। ਇੱਥੇ ਮੈਂ ਇੱਕ ਬੀਜ ਸੁੱਟਿਆ ਸੀਗਾ ਅਤੇ ਉਹਨੂੰ ਮੈਂ ਪਾਣੀ ਦਿੰਦੀ ਰਹੀ ਲਗਾਤਾਰ, ਅਤੇ ਇਹ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਆ। ਵੈਸੇ ਤਾਂ ਕੱਦੂ ਕਦੀ ਨਹੀਂ ਹੋਏ ਸਾਡੇ, ਬਹੁਤ ਘੱਟ, 5-6 ਸਾਲ ਪਹਿਲਾਂ ਹੋਏ ਸੀ ਇੱਕ ਵਾਰੀ। ਹਰ ਸਾਲ ਬੀਜੀਦੇ ਆ ਪਰ ਹੁੰਦੇ ਨਹੀਂ, ਪਰ ਇਸ ਵਾਰ ਤਾਂ ਕੱਦੂਆਂ ਨੇ ਸਾਰੇ ਰਿਕਾਰਡ ਹੀ ਤੋੜਤੇ। ਇੰਨੀ ਗਰਮੀ ਵੀ ਪਈ ਆ ਪਰ ਕੱਦੂ ਜਿਹੜੇ ਆ ਲੱਗਦੇ ਹੀ ਰਹੇ ਆ। ਹਾਲਾਂਕਿ ਥੱਲੇ ਥਾਂ ਪੱਕਾ ਆ, ਫਰਸ਼ ਪੱਕਾ ਆ, ਪਰ ਕੱਦੂਆਂ ਦੀ ਵਾਲ ਇਹਦੇ 'ਤੇ ਫੈਲ ਗਈ ਬਹੁਤ ਜ਼ਿਆਦਾ। ਇੰਨੀ ਗਰਮੀ ਵੀ ਪਈ ਆ ਪਰ ਕੱਦੂ ਬਹੁਤ ਲੱਗੇ। ਮੈਂ ਤਾਂ ਆਂਢੀਆਂ ਗੁਆਂਢੀਆਂ ਨੂੰ ਕਹਿੰਦੀ ਰਹਿੰਦੀ ਕੱਦੂ ਲੈ ਜਾਓ, ਕੱਦੂ ਲੈ ਜਾਓ। ਸਾਡੇ ਘਰੋਂ ਤਾਂ ਲਿਫਾਫੇ ਮੁੱਕ ਗਏ ਕੱਦੂ ਪਾ ਪਾ ਕੇ ਦੇ ਕੇ। ਇੱਕ ਬੀਜ ਜਿਹੜਾ ਲਾਇਆ ਸੀਗਾ ਉਹ ਹੀ ਵੇਖੋ ਮੈਂ ਪਾਣੀ ਦਿੰਦੀ ਰਹੀ, ਅਤੇ ਕਿੰਨੀ ਮਹਾਰਾਜ ਨੇ ਮਿਹਰ ਕੀਤੀ ਆ ਵੀ ਇੰਨੇ ਕੱਦੂ ਹੋਏ ਆ। ਬੱਲੇ ਦੁਕਾਨ 'ਤੇ ਦੇ ਉਹ ਇੰਨੇ ਕੱਦੂ ਕਰਨੇ ਆਪਾਂ। ਮੈਨੂੰ ਤਾਂ ਹੁਣ ਤੱਕ ਯਾਦ ਵੀ ਨਹੀਂ ਕਿ ਕਿੰਨੇ ਕੁ ਮੈਂ ਤੋੜ ਚੁੱਕੀ ਹਾਂ, ਕਿੰਨੇ ਕੁ ਮੈਂ ਵੰਡ ਚੁੱਕੀ ਹਾਂ, ਅਤੇ ਬਣਦੇ ਵੀ ਇੰਨੇ ਸਵਾਦ ਆ ਤੁਸੀਂ ਸੋਚ ਨਹੀਂ ਸਕਦੇ। ਇੰਝ ਖੋਏ ਵਾਂਗੂ ਮਲਾਈ ਵਰਗੇ ਬਣਦੇ। ਕਦੀ ਕੋਫਤੇ ਬਣਾ ਕੇ ਬਹਿ ਜਾਈਦਾ ਆ, ਕਦੀ ਖੀਰ ਬਣਾ ਲਈਦੀ ਆ। ਹੁਣ ਤਾਂ ਘਰ ਦੇ ਵੀ ਅੱਕ ਕੇ ਕੱਦੂ ਖਾ ਖਾ ਕੇ, ਪਰ ਜਿਹਨੂੰ ਵੀ ਮੈਂ ਦਿੱਤੇ ਉਹਨੇ ਕਿਹਾ ਕਿ ਕੱਦੂ ਬਹੁਤ ਜ਼ਿਆਦਾ ਸਵਾਦ ਬਣਦੇ ਆ, ਕਿਉਂਕਿ ਘਰ ਦੇ ਔਰਗੈਨਿਕ ਕੱਦੂ ਆ, ਕੁਛ ਨਹੀਂ ਇਹਨਾਂ ਨੂੰ ਪਾਣੀ ਤੋਂ ਬਿਨਾਂ ਕੁਛ ਨਹੀਂ ਪਾਇਆ ਹੋਇਆ। ਪਾਣੀ ਲਾਗੇ ਖੁਰਾ ਹੈਗਾ ਵਾ, ਉੱਥੋਂ ਮੈਂ ਪਾਣੀ ਦਿੰਦੀ ਰਹੀ ਹਾਂ, ਅਤੇ ਵੇਖੋ ਤੁਸੀਂ ਕਿੰਨੀ ਮੌਜ ਲੱਗੀ। ਉਹ ਵੇਖੋ ਦੂਰੋਂ ਵੀ ਕੱਦੂ ਦਿਸੀ ਜਾਂਦੇ ਥਾਂ ਥਾਂ 'ਤੇ। ਜੇ ਤੁਹਾਨੂੰ ਵੀ ਕਿਸੇ ਨੂੰ ਚਾਹੀਦੇ ਹੋਣ ਤਾਂ ਮੋਸਟ ਵੈਲਕਮ, ਤੁਸੀਂ ਵੀ ਆ ਸਕਦੇ ਹੋ। ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਸੀਂ ਕਿੱਥੇ ਰਹਿੰਦੇ ਜੇ ਤੁਹਾਨੂੰ ਕਿੰਨੇ ਕੱਦੂ ਚਾਹੀਦੇ ਆ, ਮੈਂ ਤੁਹਾਨੂੰ ਕੋਰੀਅਰ ਕਰ ਦੂੰਗੀ। ਇਸ ਵਾਰ ਵੈਸੇ ਜਿੰਨਿਆਂ ਨਾਲ ਵੀ ਮੈਂ ਗੱਲ ਕੀਤੀ ਸਾਰੇ ਕਹਿ ਰਹੇ ਕਿ ਕੱਦੂ ਨਹੀਂ ਲੱਗੇ ਯਾਰ, ਕਿ ਕੱਦੂ ਨਹੀਂ ਲੱਗੇ, ਪਰ ਸਾਡੇ ਹੋਰ ਕੁਛ ਨਹੀਂ ਜ਼ਿਆਦਾ ਖਾਸ ਲੱਗਿਆ, ਕੱਦੂਆਂ ਨੇ ਸਾਰੇ ਰਿਕਾਰਡ ਤੋੜੇ ਆ। ਲਓ ਜੀ, ਇੱਥੋਂ ਤਾਂ ਲੱਭੀ ਜਾ ਰਹੇ ਆ, ਹਜੇ 2 ਤੋੜੇ ਆ, 3 ਹੋਰ ਤੋੜਨੇ ਇੱਥੋਂ। ਕੱਦੂ ਇੰਜ ਲੰਮੇ ਪਏ ਆ ਜਿਵੇਂ ਸੁੱਤੇ ਹੁੰਦੇ। ਸਾਡਾ ਪੂਰਾ ਵਿਹੜਾ ਕੱਦੂਆਂ ਦੀ ਲਪੇਟ 'ਚ ਆ ਚੁੱਕਾ ਆ, ਹੁਣ ਤਾਂ ਲੰਘਣ ਨੂੰ ਵੀ ਥਾਂ ਥੋੜ੍ਹੀ ਜਿਹੀ ਰਹਿ ਗਈ ਸਾਈਡ 'ਤੇ, ਵੇਖ ਵੇਖ ਕੇ ਲੰਘੀ ਦਾ ਕਿਤੇ ਮਿੱਧਿਆ ਨਾ ਜਾਵੇ ਕੁਛ। ਮੈਂ ਬਾਹਰ ਨੂੰ ਵੀ ਵੱਲਾਂ ਲਮਕਾਈਆਂ ਸੀਗੀਆਂ, ਬਾਹਰ ਪਾਰਕ ਆ, ਪਾਰਕ ਦੇ ਵਿੱਚ ਚਲ ਜਾਣ, ਪਾਰਕ ਦੇ ਵਿੱਚ ਨਹੀਂ ਗਈਆਂ ਪਰ ਇੱਧਰ ਹੀ ਸਾਰੀਆਂ ਫੈਲ ਗਈਆਂ। ਫਿਰ ਮੇਰੇ ਮੰਮੀ ਕਹਿੰਦੇ ਕਿ ਜਿੱਥੇ ਫੈਲਦੀਆਂ ਨਾ ਇਹਨੂੰ ਫੈਲਣ ਦਿਓ, ਇਹਨਾਂ ਦਾ ਜਦੋਂ ਆਪਾਂ ਦੂਸਰੇ ਪਾਸੇ ਨੂੰ ਇਹਦਾ ਮੂੰਹ ਕਰ ਦਿੰਦੇ ਹਾਂ ਫਿਰ ਇਹ ਕਈ ਵਾਰੀ ਮਰ ਵੀ ਜਾਂਦੀਆਂ, ਇਸ ਲਈ ਇਹਨਾਂ ਨੂੰ ਜਿੱਧਰ ਨੂੰ ਫੈਲਦੀਆਂ ਉੱਧਰ ਨੂੰ ਫੈਲਣ ਦਿਓ, ਅਤੇ ਫਿਰ ਵਧੀਆ ਰਿਜ਼ਲਟ ਆਉਂਦਾ ਹਮੇਸ਼ਾ। ਵੈਸੇ ਤਾਂ ਜਦੋਂ ਤੋੜੀਏ 4-5 ਹੁੰਦੇ ਆ, ਪਰ ਅੱਜ ਤਾਂ ਰਿਕਾਰਡ ਟੁੱਟ ਗਿਆ, ਅੱਜ ਤਾਂ 12-13 ਕੱਦੂ ਤੋੜ ਲਏ ਮੈਂ। 5 ਵੇਖੋ ਇੱਕੋ ਥਾਂ ਤੋਂ ਲੱਭ ਗਏ ਚੱਲਿਆ ਤੋਂ।
ਨਾ ਪਰ ਮਨ ਬੜਾ ਖੁਸ਼ ਹੁੰਦਾ ਜਦੋਂ ਕੱਦੂ ਲੱਗੇ ਵੇਖੀ ਦੇ ਆ ਜਾਂ ਤੋੜੀ ਦੇ ਆ, ਕਿਉਂਕਿ ਆਪਣੇ ਘਰ 'ਚ ਸਬਜ਼ੀ ਲੱਗੀ ਤੋੜੀ ਦਾ ਇੱਕ ਵੱਖਰਾ ਹੀ ਸਵਾਦ ਆ। ਬੈਂਗਣ ਲੱਗੇ ਹੋਣ ਕੀ ਆ, ਤੋਰੀ ਲੱਗੀ ਹੋਵੇ ਇਹ ਵੀ ਤਕਰੀਬਨ ਹੋ ਹੀ ਜਾਂਦੇ ਆ, ਤੋੜਨ ਦਾ ਬਹੁਤ ਮਜ਼ਾ ਆਉਂਦਾ ਵਾ। ਤੋੜ ਕੇ ਧਰੀਏ ਅਤੇ ਵੱਖਰਾ ਹੀ ਟੇਸਟ ਹੁੰਦਾ ਇੱਕ ਘਰ ਦੀ ਸਬਜ਼ੀ ਦਾ, ਜਿਹੜਾ ਕਿ ਸਾਨੂੰ ਬਹੁਤ ਹੀ ਵਧੀਆ ਲੱਗਦਾ ਆ, ਬਹੁਤ ਸਵਾਦ ਬਣਦੀ ਸਬਜ਼ੀ। ਇਹ ਮੈਂ ਪਪੀਤਾ ਵੀ ਲਾਇਆ ਸੀਗਾ ਪਿਛਲੇ ਸਾਲ, ਇਹ ਵੀ ਵੇਖੋ ਪਪੀਤੇ ਲੱਗ ਰਹੇ ਨੇ। ਇੱਕ ਦੋ ਪਪੀਤੇ ਤੋੜ ਕੇ ਅਸੀਂ ਕੱਚੇ ਪਰੌਂਠੇ ਬਣਾਏ ਨੇ, ਪਰੌਂਠੇ ਬਹੁਤ ਸਵਾਦ ਬਣਦੇ ਆ। ਇਹਨੂੰ ਹਾਲੇ ਇੱਕ ਸਾਲ ਨਹੀਂ ਹੋਇਆ ਲੱਗੇ ਨੂੰ ਅਤੇ ਪਪੀਤੇ ਲੱਗ ਵੀ ਗਏ ਇਹਨੂੰ। ਲਓ ਜੀ, ਜਾਂਦਿਆਂ ਜਾਂਦਿਆਂ ਇੱਕ ਕੱਦੂ ਹੋਰ ਲੱਭ ਗਿਆ ਜੀ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਕੱਦੂਆਂ ਨਾਲ ਪਿਆਰ ਆ, ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ। ਮੰਮੀ ਆਉਂਦੇ ਜ਼ਿਆਦਾ ਕੱਦੂ ਹੋਣਗੇ ਤਾਂ ਗੁਰਦੁਆਰੇ ਲੈ ਜਾਓ। ਸੱਚੀ ਗੱਲ ਆ, ਆਹ ਬਹੁਤ ਵਧੀਆ ਗੱਲ ਹੀ, ਸਹੀ ਗੱਲ ਆ ਮੋਨਾ। ਅਤੇ ਹੁਣ ਮੇਰੇ ਨਾਲ ਪ੍ਰੋਮਿਸ ਕਰੋ ਕਿ ਤੁਸੀਂ ਮੇਰੀਆਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰੋਗੇ ਅਤੇ ਚੈਨਲ ਵੀ ਸਬਸਕ੍ਰਾਈਬ ਕਰੋਗੇ। ਓਕੇ ਜੀ, ਬਾਏ, ਲਵ ਯੂ ਆਲ।